اعوذ باللہ من الشیطان الرجیم، بسم اللہ الرحمن الرحیم۔ السلام علیکم دوستو، امید ہے سب دوست سب بھائی سب ویورز خیریت نال ہو دے۔ دوستو میں عمران اسلم وڑائچ، تسی دیکھ رہے ہو اپنا مویشی منڈی ٹی وی۔ دوستو سب تو پہلے اپنے چینل نو اپنے پیج نو لائک کرو سبسکرائب کرو تاکہ تواڈے تک ساڈے مزید جڑے اچھے تو اچھے جانوراں دی ویڈیو معلومات جڑی او پہنچدی رہے۔ دوستو ماشاءاللہ ہائی صاحب ایک تو ایک ود کے جانور لے کے آندے نے، انشاءاللہ لے آندے رہن دے۔ باقی دوستو تواڈی دعاواں تواڈی سپورٹ دی لوڑ ہے۔ دوستو اے دو گاواں جڑیاں نے ماشاءاللہ ایک پہلن وڑ ہے ایک دوجن ہے، دوجن کل آئی ہے دوستو، ਉਹਦੀ ਵੀਡੀਓ ਨਹੀਂ ਬਣ ਸਕੀ, ਛੋਟਾ ਜਿਹਾ ਕਲਿੱਪ ਹੈ ਸੀ ਵਟਸਐਪ ਵਾਲਾ ਹੀ, ਯਾਨੀ ਕਿ ਯੂਟਿਊਬ ਦੀ ਵੀਡੀਓ ਨਹੀਂ ਸੀ ਲੱਗਦੀ ਦੋਸਤੋ। ਇਹਦੇ ਯਾਨੀ ਕਿ ਪਿਕਸਲ 60x ਕੁਛ ਦੇ ਯਾਨੀ ਕਿ ਸਾਈਜ਼ ਹੁੰਦਾ ਵੀਡੀਓ ਦਾ, ਉਹ ਯੂਟਿਊਬ 'ਤੇ ਚੱਲਦੀ ਹੈ। ਉਹਦਾ ਹੋਰ ਸੀ ਲੈ ਨਹੀਂ ਤਾਂ ਉਹ ਮੈਂ ਨਾਲ ਲਾ ਦੇਣੀ ਸੀ, ਤੁਹਾਨੂੰ ਦਿਖਾ ਦੇਣੀ ਸੀ ਦੇ। ਬਹੁਤ ਆਲਾ ਵੈੜ ਹੈ ਜਿਹੜੀ ਦੋਸਤੋ ਸੱਜੇ ਪਾਸੇ ਪਹਿਲਣ ਵੈੜ ਹੈ, ਅਤੇ ਇਨਸ਼ਾਅੱਲਾ ਕੱਲ੍ਹ ਮੈਂ ਕੁਝ ਦੋਸਤਾਂ ਨੂੰ ਦਿਖਾਈ ਸੀ, ਉਹ ਵੈੜ ਕੱਲ੍ਹ ਲੱਗੀ ਸੀ ਨੈੱਟ 'ਤੇ। ਦੋਸਤੋ ਕੱਲ੍ਹ ਵੇਖ ਲਓ ਅਤੇ ਅੱਜ ਵੈੜ ਹੀ ਵੇਖ ਲਓ, ਠੀਕ। ਅੱਜ ਸੁਬਹ ਦੋਸਤੋ ਲਦੀਚੀਆਂ ਨੇ ਵੈੜੀਆਂ ਲੋਡ ਹੋਈਆਂ ਨੇ, ਕੁਝ ਗਾਵਾਂ ਰਾਤੀ ਲੋਡ ਹੋਈਆਂ ਨੇ, ਉਹ ਵੀ ਮੈਂ ਨਾਲ ਲਾ ਦਿੱਤੀਆਂ। ਇਨਸ਼ਾਅੱਲਾ ਦੋਸਤੋ ਚੱਡ ਲੈ ਕੇ ਚੱਡਾ ਲੈ ਕੇ ਟੁਰ ਨਹੀਂ ਸਕਣ ਲੱਗੀ। ਪਹਿਲਣ ਵੈੜ ਖੁੱਲ੍ਹੀ ਵੈੜ ਥੱਲੋਂ ਖੁੱਲ੍ਹੇ ਕੰਮ ਨੇ, ਬਹੁਤ ਸੋਹਣੀ ਵੈੜ, ਥਣ ਵੱਖੋ ਵੱਖ ਸੂ। ਅਤੇ ਇਨਸ਼ਾਅੱਲਾ ਪਹਿਲਾ ਸੂਹੇ ਲਈ ਆ ਲਈ, ਅਗਲੇ ਸੂਹੇ ਜਾਏ ਜੀ ਦੂਜੇ ਤੀਜੇ ਚੌਥੇ। ਦੋਸਤੋ ਮਾਸ਼ਾਅੱਲਾ ਐਸੀ ਗਾਂ ਬਣੇਗੀ ਕਿ ਨੁਮਾਇਸ਼ ਹੋਵੇ ਦੀ ਪੂਰੀ। ਦੋਸਤੋ ਗਾਵਾਂ ਜਿਹੜੀਆਂ ਨੇ ਤੀਜੇ ਚੌਥੇ ਸੂਬੇ ਤੱਕ ਵੱਧਦੀਆਂ ਨੇ, ਥਣ ਚੱਡੇ ਹਵਾਨੇ ਜਿਸਮ ਜਿਸਾਮਤ ਦੁੱਧ ਹਰ ਚੀਜ਼ ਵਧਾਉਂਦੀਆਂ ਨੇ। ਪਹਿਲਣਾ ਹੁੰਦੀਆਂ ਨੇ, ਪਹਿਲਾ ਸੂਬਾ ਹੁੰਦਾ, ਉਮਰਾਂ ਥੋੜ੍ਹੀਆਂ ਹੁੰਦੀਆਂ ਦੋਸਤੋ, ਫਿਰ ਉਮਰਾਂ ਦੇ ਹਿਸਾਬ 'ਤੇ ਇਹਨਾਂ ਦੇ ਵਜ਼ਨ ਹੁੰਦੇ। ਅਤੇ ਲੇਕਿਨ ਮਾਸ਼ਾਅੱਲਾ ਅੱਛੀ ਜੀ ਅੱਲਾਹ ਪਾਕ ਉਹਨਾਂ ਨਸੀਬ ਕਰੇ ਜੀ। ਦੋਸਤੋ ਇਹ ਪੰਜ ਗਾਵਾਂ ਦੀ ਵੀਡੀਓ ਜੇ, ਮਾਜ਼ਰਤ ਮੈਂ ਸ਼ੁਰੂ 'ਚ ਨਹੀਂ ਦੱਸ ਸਕਿਆ ਕਿ ਦੋਸਤੋ ਇਹ ਪੰਜ ਗਾਵਾਂ ਦੀ ਵੀਡੀਓ ਹੈ ਅਤੇ ਪੰਜੋਂ ਜਾਨਵਰ ਫਰੋਖਤ ਹੋ ਚੁੱਕੇ ਨੇ। ਅਤੇ ਦੋ ਲੈਦਾ ਗਈਆਂ ਨੇ, ਇੱਕ ਗਾਂ ਲੈਦਾ ਗਈ, ਉਹ ਮੀਆਂ ਵਾਲੀ ਗਾਂ ਗਈ ਮੇਰਾ ਖਿਆਲ ਹੈ, ਸ਼ਾਹ ਸਾਹਿਬ ਨੇ ਲਈ ਉਹ ਗਾਂ, ਉਹਨਾਂ ਦਾ ਮੈਨੂੰ ਪਤਾ। ਦੋ ਗਾਵਾਂ ਮੇਰੇ ਖਿਆਲ ਘੁਆਟ ਗਈਆਂ ਨੇ, ਦੋ ਇਸ ਪਾਸੇ ਲਈਏ ਜਾਂ ਕਿਸ ਪਾਸੇ ਗਈਆਂ ਨੇ, ਇਸ ਤਰ੍ਹਾਂ ਜਾਨਵਰ ਗਏ। ਅੱਲਾਹ ਪਾਕ ਦੀ ਨਸੀਬ ਕਰੇ ਜੀ, ਇਹ ਵੈੜ ਹੈ ਦੋਸਤੋ, ਇਹ ਨੈੱਟ 'ਤੇ ਨਹੀਂ ਲੱਗ ਸਕੀ, ਤੁਹਾਨੂੰ ਦਿਹਾੜੀ ਦਿਖਾਉਣੀ ਸੀ ਦਿਹਾੜ ਦੀ ਵੀਡੀਓ। ਦੋਸਤੋ ਬਹੁਤ ਸੋਹਣੀ ਵੈੜ ਹੈ, ਬਹੁਤ ਸੋਹਣਾ ਥਣ ਚੱਡਾ ਸੂ, ਅਤੇ ਅੱਲਾਹ ਪਾਕ ਖੈਰ ਕਰੇ। ਇੱਕ ਇਸ ਤੋਂ ਵਾਧੂ ਵੈੜ ਖੱਲੀ ਦੋਸਤੋ, ਉਹ ਸ਼ਾਇਦ ਕੁਛ ਦੋਸਤਾਂ ਨੇ ਨੈੱਟ 'ਤੇ ਸਾਡੇ ਦੇਖੀ ਵੀ ਹੋਵੇ ਚੈਨਲ 'ਤੇ, ਵੈੜੀ ਦੂਜਣ ਵੈੜ ਇੱਕ ਹੋਰ ਵੈੜ ਆਈ ਹੈ, ਉਹਦੀ ਵੀ ਇਨਸ਼ਾਅੱਲਾ ਜੇ ਅੱਲਾਹ ਪਾਕ ਦਾ ਹੁਕਮ ਹੈ ਤਾਂ ਅੱਜ ਵੀਡੀਓ ਲੋਡ ਕਰਾਂਗੇ, ਹੋਰ ਜਿਹੜੇ ਜਾਨਵਰ ਆਣਦੇ ਉਹਨਾਂ ਦੀ ਵੀ ਕਰਾਂਗੇ। ਇਸ ਤੋਂ ਇਲਾਵਾ ਦੋਸਤੋ ਇਸ ਟਾਈਮ 10-12 ਗਾਵਾਂ ਟਾਪ ਦੀਆਂ ਹਾਈ ਸਾਹਿਬ ਕੋਲ ਖੜੀਆਂ ਨੇ, ਕਿਸੇ ਦੋਸਤ ਕਿਸੇ ਪਾਏ ਨੂੰ ਕੋਈ ਜਾਨਵਰ ਚਾਹੀਦਾ ਹੋਵੇ ਰਾਬਤਾ ਕਰ ਸਕਦਾ। ਬਾਕੀ ਦੋਸਤੋ ਸੌਦੇ ਨਸੀਬ ਦੇ ਨੇ, ਆਪਣੀ ਪੂਰੀ ਕੋਸ਼ਿਸ਼ ਕਰਨੇ ਆ ਕਿ ਤੁਹਾਡੇ ਵਾਸਤੇ ਅੱਛੇ ਤੋਂ ਅੱਛਾ ਜਾਨਵਰ ਲੈ ਕੇ ਆਈਏ, ਤੁਹਾਨੂੰ ਦੇਈਏ, ਤੁਹਾਨੂੰ ਵਿਖਾਈਏ। ਬਾਕੀ ਇਨਸ਼ਾਅੱਲਾ ਦੋਸਤੋ ਅੱਲਾਹ ਪਾਕ ਬਿਹਤਰ ਕਰੇ, ਤਾਂ ਖੈਰ ਹੋਣੀ ਚਾਹੀਦੀ। ਦੋਸਤੋ ਦੋ ਇਹ ਗਾਵਾਂ ਨੇ, ਉਸ ਤੋਂ ਇਲਾਵਾ ਵੀ ਦੋਸਤੋ ਦੋ ਦੀ ਅਲੱਗ ਵੀ ਵੀਡੀਓ ਬਣੀ ਹੈ, ਇੱਕ ਵੀਡੀਓ ਨਹੀਂ ਆਈ ਸਾਹਿਬ ਨੇ ਬਣਾਈ, ਪਤਾ ਨਹੀਂ ਬਣਾਈ ਨੇ ਟੋਰੀ ਨਹੀਂ ਨੇ ਆਈ ਨਹੀਂ ਨੇ ਕੀ ਹੋਇਆ ਨੇ ਬਣੀ ਨਹੀਂ ਨੇ। ਦੋ ਹੋਰ ਗਾਵਾਂ ਨੇ, ਉਹ ਵੀ ਗਈਆਂ ਨੇ ਇਸ ਪਾਸੇ, ਯਾਨੀ ਕਿ ਪੰਜ ਗਾਵਾਂ ਦੀ ਵੀਡੀਓ, ਇੱਕ ਗਾਂ ਦਿਨ ਨੂੰ ਗਈ ਹੈ, ਉਹਦੀ ਤਾਂ ਬਿਲਕੁਲ ਕਲੀਅਰ ਵੀਡੀਓ ਬਣੀ। ਦੋਸਤੋ ਕੋਸ਼ਿਸ਼ ਪੂਰੀ ਕਰੀ ਦੀ ਹੈ ਕਿ ਚਲੋ ਰੌਣਕ ਮੇਲਾ ਲੱਗਾ ਰਹੇ ਚੈਨਲ 'ਤੇ, ਮੁਕੰਮਲ ਮਾਲੂਮਾਤ ਜਿਹੜੀ ਨਾ ਸਾਡੇ ਚੈਨਲ ਤੋਂ ਬੰਦਿਆਂ ਨੂੰ ਮਿਲਦੀ ਰਹੇ। ਰਹਿਣ ਬਾਈ ਦੁਆ ਗੋਵੀ ਹਾਂ ਜੀ, ਜੇ ਅੱਲਾਹ ਪਾਕ ਅੱਗੇ ਰਜ਼ਵੀ ਜਾਂ ਅੱਲਾਹ ਪਾਕ ਸਾਡੇ ਵਾਸਤੇ ਸਭ ਵਾਸਤੇ ਆਸਾਨੀਆਂ ਪੈਦਾ ਕਰਦੇ ਮੇਰੇ ਮੌਲਾ, ਅਤੇ ਇਨਸ਼ਾਅੱਲਾ ਜੀ ਅੱਲਾਹ ਪਾਕ ਖੈਰ ਕਰੇ ਤਾਂ ਅੱਲਾਹ ਪਾਕ ਬਿਹਤਰ ਕਰੇ ਦਾ ਜੀ। ਠੀਕ ਹੈ, ਹੋ ਗਿਆ ਦੋਸਤੋ, ਇਜਾਜ਼ਤ ਚਾਹਵਾਂਗੇ ਅਗਲੀ ਵੀਡੀਓ ਬਾਅਦ, ਅਤੇ ਤੁਸੀਂ ਵੀਡੀਓ ਦੇਖੋ। ਇਸ ਤੋਂ ਅੱਗੇ ਵੀ ਗਾਵਾਂ ਦੋ ਨੇ, ਇੱਕ ਆਖਰ 'ਤੇ ਗਾਂ ਲੱਗੀ ਪਈ ਹੈ, ਇਹ ਜਾਨਵਰ ਪੰਜ ਫਰੋਖਤ ਹੋ ਚੁੱਕੇ ਨੇ। ਇਸ ਟਾਈਮ ਹਾਈ ਸਾਹਿਬ ਕੋਲ 10-12 ਗਾਵਾਂ ਖੜੀਆਂ ਨੇ, ਮੌਜੂਦ ਨੇ ਫਾਰ ਸੇਲ, ਕਿਸੇ ਦੋਸਤ ਨੂੰ ਚਾਹੀਦੀਆਂ ਹੋਈਆਂ ਮਿਲ ਜਾਣਗੀਆਂ। ਇੱਕ ਗਾਂ ਸੂਈ ਹੈ, ਬਾਕੀ ਸੂਣ ਵਾਲੀਆਂ ਜੀ। ਬਹੁਤ ਸ਼ੁਕਰੀਆ ਜੀ ਸਭ ਦੋਸਤਾਂ ਦਾ। Thank you.
بسم اللہ الرحمن الرحیم لا الہ الا اللہ محمد رسول اللہ صلی اللہ علیہ وسلم اللہ پاک اس گڈی نو اللہ پاک اس گڈی دے ڈرائیور نو اللہ پاک اس گڈی جڑا مالے نو اپنے پیارے حبیب دے صدقے خیر و خیریت نال اپنی منزل مقصود تے پہنچائے جناب اسی یہ دو گائے جے دوست نو بھیج رہے ہیں لیے اللہ پاک سائیاں سمیت اس مال دے بھی ساہ لمے کرے اللہ پاک دے چوں نفع دے نے اللہ پاک وعدے والیاں کرے نے اللہ پاک خیر خیریت نال پہنچائے نے ساڈی دعا ہے بہت شکریہ جی السلام علیکم بسم اللہ الرحمن الرحیم لا الہ الا اللہ محمد رسول اللہ صلی اللہ علیہ وسلم اللہ پاک اس گڈی نوں اللہ پاک اس گڈی دے ڈرائیور نو اللہ پاک اس گڈی جڑا مالے نو اپنے پیارے حبیب دے صدقے خیر و خیریت نال اپنی منزل مقصود تے پہنچائے جناب اسی یہ گائے دو وزیر خان ول گل مویر خان سکنا ترخا کہوٹی تحصیل وزیلہ کرک اللہ پاک خیر خیریت نال پہنچائے نے اللہ پاک سائیاں سمیت انہاں گاواں دے وسال لمے کرے اللہ پاک نفی علی ہون نے بہت شکریہ جی السلام علیکم برابر کر برابر ہے یار
ਬਾਬਾ ਜੀ ਇੱਕ ਮਿੰਟ ਪਿੱਛੇ ਭੱਜਣ ਦਿਓ ਇੱਕ ਸਾਈਡ ਚੀ ਵੇਂਦੀ ਇੱਕ ਸਾਈਡ ਰਹਿ ਵੇਂਦੀ ਕਿੱਥੇ ਲਿਓ ਬਾ ਤੁਸੀਂ بسم اللہ الرحمن الرحیم لا الہ الا اللہ محمد رسول اللہ صلی اللہ علیہ وسلم اللہ پاک اس گڈی نو اللہ پاک اس گڈی دے ڈرائیور نو اللہ پاک اس گڈی جڑا مال ہے بے مسافر اینو اپنے پیارے حبیب دے صدقے خیر و خیریت نال اپنی منزل مقصود تے پہنچائے جناب اسی یہ گائے جناب سید تسلیم حسین شاہ صاحب نے نہیں آئی بھیج رہے ہیں اللہ پاک انہوں نے نصیب کرے اللہ پاک سائنس میں کچھ سال میں کرے ساری دعا انشاء اللہ جو نہیں بچی رہی اللہ پاک بات دیا لیو نے اللہ پاک خیر خرید نے پہنچائے لے جی بہت شکریہ جی السلام Thank you.
ਅੱਛਾ ਜੀ ਆਈ ਜਾ ਲਕਾ ਧੋਈ ਗਈ ਅੱਜ ਨਾ